ਘੋੜੇ ਦੇ ਮੂਹਰੇ ਹਿਣਕਦਾ ਆ ਕਿਹੜਾ ਨੀ, ਕੱਲਾ ਆ ਗੱਭਰੂ ਤੇ ਕੱਲਾ ਬਥੇਰਾ ਨੀ। ਸੋ ਹੇ ਗਾਇਸ, ਕੀ ਹਾਲ ਚਾਲ, ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਖਦਾਰੀ ਜਾਂ ਖਦਰੀ ਕੁਛ ਇੱਦਾਂ ਹੋ ਸਕਦਾ, ਅੰਗਰੇਜ਼ੀ ਇੱਕ ਤਾਂ ਕਈ ਵਾਰ ਸਿਆਪਾ ਪਾ ਦਿੰਦੀ ਹੁੰਦੀ ਆ, ਖਡਾਰੀ ਵੀ ਹੋ ਸਕਦਾ। ਹਾਂ, ਗੁਰਨਾਮ ਭੁੱਲਰ, ਕਰਤਾਰ ਚੀਮਾ, ਸੁਰਬੀ ਜੋਤੀ, ਡਾਇਮੰਡ ਸਟਾਰ ਵਰਲਡ ਵਾਈਡ, ਡਾਇਰੈਕਟਡ ਬਾਈ ਮਾਨਵ ਸ਼ਾਹ, ਕਾਫੀ ਵੱਡੀ ਟੀਮ ਆ। ਡਿਸਕ੍ਰਿਪਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਕ੍ਰੈਡਿਟਸ। ਸਟਾਰਟ। ਅਸਲੀ ਖਿਡਾਰੀ ਉਹ ਨਹੀਂ, ਖਿਡਾਰੀ ਉਹ ਹੈ ਜਿਹੜਾ ਅਖਾੜੇ 'ਚ ਖੜੇ ਭਲਵਾਨ ਨੂੰ ਦਾ ਪਾ ਕੇ ਉਹਦੀ ਪਿੱਠ ਥੱਲੇ ਲਾ ਦੇ। ਅਸਲੀ ਖਿਡਾਰੀ ਤਾਂ ਉਹ ਹੁੰਦਾ ਜਿਹਨੂੰ ਮੈਦਾਨ ਅਤੇ ਜ਼ਿੰਦਗੀ ਦੋਨਾਂ ਦੀ ਖੇਡ ਖੇਡਣੀ ਆਉਂਦੀ ਹੋ। ਗੱਲ ਤਾਂ ਠੀਕ ਹੈ ਯਾਰ, ਖਾਲਸਾ ਕਾਲਜ, ਇਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਮਤਲਬ ਜਿਹਨੂੰ ਸਾਰੀ ਹਰ ਤਰੀਕੇ ਦੀ ਖੇਡ ਖੇਡਣੀ ਆਉਂਦੀ ਹੈ, ਗੇਮ ਖੇਡਣੀ ਆਉਂਦੀ ਹੈ, ਹੈ ਨਾ, ਜ਼ਿੰਦਗੀ ਵੀ ਅਤੇ ਜਿਹੜੀ ਗੇਮ ਖੇਡ ਰਿਹਾ ਉਹਦੀ ਵੀ, ਉਹੀ ਅਸਲੀ ਖਿਡਾਰੀ ਹੈ। ਰੈਸਲਿੰਗ ਆਮ ਖਿਡਾਰੀ ਨਹੀਂ ਹੈਗੀ, ਇਹ ਡਿਫਰੈਂਟ ਹੈ, ਇਹਦੇ ਵਿੱਚ ਫੋਕਸ ਚਾਹੀਦਾ ਹੈ, ਕੰਸੈਂਟਰੇਸ਼ਨ ਚਾਹੀਦੀ ਹੈ। ਉਹ ਜੇ ਰੀਸ ਕਰਨੀ ਹੈ ਤਾਂ ਗੁਰੂ ਦੀ ਕਰੋ। GNDU ਅਗਰ ਰੀਸ ਕਰਨੀ ਹੈ ਤਾਂ ਗੁਰੂ ਦੀ ਕਰੋ, ਇਹਦਾ ਫੋਕਸ ਸਿਰਫ ਗੋਲ ਤੇ ਹੈ, ਤੁਹਾਡੇ ਕੋਲ ਕੁੜੀਆਂ ਤੇ ਨਹੀਂ ਹੈਗਾ। ਆ ਗਿਆ, ਚਲੋ ਜੀ, ਫੋਕਸ ਵੀ ਗਿਆ। ਸਾਨੂੰ ਨਾ ਕੋਚ ਸਾਹਿਬ ਨੇ ਸੌਂ ਖਵਾਈ ਹੋਈ ਹੈ ਕਿ ਕੁੜੀਆਂ ਨਾਲ ਗੱਲ ਨਹੀਂ ਕਰਨੀ। ਮੁੱਛਾਂ ਰੱਖ ਲਾ ਫਿਰ, ਮੈਂ ਮੁੰਡਾ ਬਣ ਜਾਂਦਾ ਨਾ ਗੱਲ ਕਰਨ ਨੂੰ। ਮੇਰੀ ਫੈਮਿਲੀ 'ਚ ਤਾਂ ਬਸ ਮੇਰਾ ਭਰਾ ਹੈ, ਤੇਰੀ ਫੈਮਿਲੀ 'ਚ ਕੌਣ ਕੌਣ ਹੈ? ਮੇਰੀ ਫੈਮਿਲੀ 'ਚ ਕੋਈ ਨਹੀਂ। ਚੱਲ ਕੋਈ ਨਾ, ਤੂੰ ਮੇਰੀ ਫੈਮਿਲੀ ਨੂੰ ਆਪਦੀ ਫੈਮਿਲੀ ਸਮਝ। ਨਾਈਸ ਟਵਿਸਟ ਦੇਖਣਾ ਹੁਣ ਬਸ। ਓ ਭਲਵਾਨਾ, ਮਾਰ ਮਾਰ ਕੇ ਮੁੱਕੀਆਂ ਨੂੰ ਅੱਖਾਂ ਸਜਾ ਦਾਂ। ਸ਼ੁਕਰ ਕਰ ਹੱਥ ਪਤੀਲੇ ਨੂੰ ਪਾਇਆ ਜੇ, ਤੇਰੀ ਧੌਣ ਨੂੰ ਨਹੀਂ ਪਾਇਆ, ਨਹੀਂ ਤਾਂ ਮੁਰਗਿਆਂ ਨੂੰ ਬਾਂਗਾਂ ਤੂੰ ਦੇਣੀਆਂ ਸੀ। ਗੁਰੂ ਮੇਰਾ ਭਰਾ, ਗੁਰੂ ਨਾਲ ਦੁਸ਼ਮਣੀ, ਅੱਜ ਤੂੰ ਚੈਲੀ ਨਾਲ ਦੁਸ਼ਮਣੀ। ਕਰਤਾਰ ਜਿੱਥੇ ਵੀ ਆਉਂਦਾ ਡੈਮ ਕਰਾ ਦਿੰਦਾ। ਜਿਹੜੇ ਰਿਸ਼ਤਿਆਂ ਦੀ ਬੁਨਿਆਦ ਹੀ ਝੂਠ ਹੋਵੇ ਨਾ ਗੁਰੂ, ਉਹ ਜ਼ਿੰਦਗੀ ਭਰ ਨਹੀਂ ਨਿਭਦੇ। ਬਹਾਨਾ ਚਾਹੀਦਾ ਹੁੰਦਾ ਨਾ ਬਸ ਇੱਕ ਛੱਡ ਕੇ ਜਾਣ ਨੂੰ, ਜੇ ਇਹਦੀ ਗੱਲ ਹੁੰਦੀ ਨਾ ਕੁੜੀ ਦੀ, ਯਾਰ ਤੂੰ ਸਮਝਦਾ ਨਹੀਂ ਯਾਰ, ਮੇਰੇ ਘਰ 'ਚ ਤਾਂ ਦਿੱਕਤ ਆ ਯਾਰ, ਮੈਂ ਕਿਵੇਂ ਦੱਸਦੀ ਯਾਰ, ਅਤੇ ਮੁੰਡੇ ਨੇ ਕਹਿਣਾ ਸੀ ਚੱਲ ਕੋਈ ਗੱਲ ਨਹੀਂ, ਠੀਕ ਆ, ਮੈਨੂੰ ਮਾਰ ਤਾਂ ਨਹੀਂ ਦਊਗਾ ਤੇਰਾ ਭਰਾ, ਮਤਲਬ ਇੱਦਾਂ ਕਰਕੇ ਹੈ ਨਾ ਗੱਲ ਹੋਣੀ ਸੀਗੀ, ਇਹ ਛੱਡ ਕੇ ਤੁਰ ਜਾਂਦੀਆਂ ਨੇ। ਕਿਸਮਤ ਦੀ ਖੇਡ ਵੀ ਵੱਖਰੀ ਹੁੰਦੀ ਹੈ, ਖੇਡ ਕਿਸਮਤ ਖੇਡਦੀ ਹੈ। ਖਿਡਾਰੀ ਅਸੀਂ ਬਣ ਜਾਂਦੇ ਹਾਂ, ਭਲਵਾਨੀ ਤੇ ਖਾੜਾ ਮੇਰੇ ਲਈ ਮੰਦਰ ਨੇ, ਡਾਲੇ ਛਾਲੇ ਚੌੜੀਆਂ ਛਾਤੀਆਂ ਇਹਦੇ ਸਾਹਮਣੇ ਚੱਲਣੀਆਂ। ਤੂੰ ਹੱਥ ਲਾ ਕੇ ਦਿਖਾ, ਗੁੱਟਸਣੇ ਤੇਰੀ ਬਾਹ ਨਾ ਕੱਢਦੀ ਨਾ। ਅੰਮ੍ਰਿਤ ਹੈਗੀ ਹੈ ਮੇਰੀ ਭੈਣ, ਹੁਣ ਤੂੰ ਦੱਸ ਮੈਂ ਇੱਕ ਗੈਂਗਸਟਰ ਦੇ ਭਰਾ ਨੂੰ ਆਪਣੀ ਭੈਣ ਦਾ ਹੱਥ ਕਿਵੇਂ ਦੇ ਦੇ? ਤੂੰ ਮੇਰੇ ਲਈ ਆਪਦਾ ਵੀਰਾ ਨਹੀਂ ਛੱਡ ਸਕਦਾ। ਓਏ ਇਹਦੇ ਯਾਰ ਭਰਾ ਤਾਂ ਯਾਰ ਪਿੱਛੇ ਲੱਗਿਆ ਤੂੰ, ਜਿਹੜਾ ਕੁੜੀ ਪਿੱਛੇ ਲੱਗਿਆ ਹੋਇਆ। ਇਹ ਧਰਤੀ ਉਹ ਸ਼ਿਟ ਮਾਰਤਾ ਉਦੋਂ ਨਹੀਂ ਹਿਲਦੀ ਜਦੋਂ ਇਹਦੇ ਹੇਠਲਾ ਬਲਦ ਸਿੰਘ ਬਦਲਦਾ, ਇਹ ਉਦੋਂ ਹਿਲਦੀ ਆ ਜਦੋਂ ਕਿਸੇ ਭਲਵਾਨ ਦਾ ਦਿਮਾਗ ਹਿਲਦਾ। ਯਾਰ ਹਾਲਾਤ ਹੀ ਬਣਾਉਂਦੇ ਆ ਬੰਦੇ ਨੂੰ ਗੈਂਗਸਟਰ ਵੀ, ਕਿਤੇ ਨਾ ਕਿਤੇ ਸ਼ੌਂਕ ਨੂੰ ਤਾਂ ਨਹੀਂ ਬਣਦਾ ਬੰਦਾ। ਚਲਾਕੀ ਕਰ ਗਿਆ ਵੀਰੇ, ਤੁਸੀਂ ਸਿਖਾਇਆ ਸੀ ਜਦ ਤੱਕ ਦੂਜੇ ਭਲਵਾਨ ਦੀ ਪਿੱਠ ਨਹੀਂ ਲੱਗਦੀ ਢਿੱਲੇ ਨਹੀਂ ਪੈਣਾ।
ਆ ਨਾਈਸ। ਭਰਾਵਾਂ ਦਾ ਪਿਆਰ ਵੀ ਹੈਗਾ, ਇੱਕ ਇਸ਼ਕ ਮੁਹੱਬਤ ਦੀ ਗੱਲ ਵੀ ਆ, ਖੇਡ ਦੀ ਗੱਲ ਵੀ ਆ, ਜ਼ਿੰਦਗੀ ਦੇ ਦਾਂ ਪੇਚਾਂ ਦੀ ਵੀ ਗੱਲ ਆ। ਕਾਫੀ ਵੱਡੀ ਫਿਲਮ ਬਣ ਸਕਦੀ ਹੈ ਇਹ ਜੇ ਸਾਡੇ ਲੋਕ ਪਿਆਰ ਦੇਣ ਤੇ ਸਭ। ਪਰ ਸਾਡੇ ਲੋਕਾਂ ਨੂੰ ਸਿਰਫ ਕਮੇਡੀ ਚਾਹੀਦੀ ਆ, ਕੋਈ ਸੀਰੀਅਸ ਮੂਵੀ ਨਹੀਂ ਚਾਹੀਦੀ। ਆਈ ਹੋਪ ਇਹ ਫਿਲਮ ਗਰੋ ਕਰੇ, ਵਰਕ ਕਰੇ, ਕਿਉਂਕਿ ਬਹੁਤ ਪੈਸਾ ਇਨਵੈਸਟ ਕਰ ਰਿਹਾ, ਬਹੁਤ ਵਧੀਆ ਤਰੀਕੇ ਨਾਲ ਪ੍ਰੋਡਕਟ ਲੈ ਕੇ ਆ ਰਿਹਾ ਗੁਰਨਾਮ ਭੁੱਲਰ। ਪਰ ਜਨਤਾ ਕਿਤੇ ਨਾ ਕਿਤੇ ਫਿਰ ਹਾਸੀ ਕਮੇਡੀ 'ਤੇ ਜਾਂਦੀ ਆ, ਹੈ ਨਾ। ਚਲੋ ਦੇਖਦੇ, ਆਈ ਹੋਪ, ਸਾਡੇ ਵੱਲ ਤਾਂ ਗੁੱਡ ਵਿਸ਼ਿਜ਼ ਆ ਬਈ, ਚੱਲੇ ਫਿਲਮ। ਸਤਿ ਸ਼੍ਰੀ ਅਕਾਲ।